ਅਸਲਾਮ ਅਲੈਕੁਮ ਕਾਲੂ ਮਰਾਸੀ ਜੋ ਕਿਸੋ ਲੈ ਕੇ ਸਾਰਾ ਕੋਲ ਹਾਜ਼ਰ ਹੈ ਭਾਈਆਂ ਕੀ ਫਰੋਕਤ ਹਜ਼ਰਤ ਯੂਸਫ ਕਾ ਪਰ ਜੋ ਕੁਝ ਹੋਏ ਜੋ ਲੈ ਕੇ ਸਾਰਾ ਕੋਲ ਹਾਜ਼ਰ ਹੈ ਸਾਮੀਨ ਯਾਦ ਰੱਖਣੀ PCI ਕੋਪਨੀ PCI ਜੰਮੂ ਬਾਬੂ ਵਿਪਿਨ ਗੁਪਤਾ ਸਾਹਿਬ ਔਰ ਰਿਕਾਰਡਿੰਗ ਕਰਵਾ ਰਿਹਾ ਸ਼ਿਦੇਸ਼ ਗੁਪਤਾ ਸਾਹਿਬ ਔਰ ਰਿਕਾਰਡਿੰਗ ਕਰਵਾ ਰਿਹਾ ਸਾਮੀਨ ਸੁਣੋ ਜਾਂ CD ਕੈਸਟ ਖਰੀਦਣੀ ਇਧਰ ਹੈ PCI ਸੇ ਹਕੀਕਤ ਜਿਸ ਦਿਨ ਯੂਸਫ ਦਾ ਕਰ ਦਿੱਤਾ ਭਈਆ ਹੋ ਵੀ ਹਕੀਕਤ ਉਸ ਦਿਨ ਗੁਜ਼ਾਰੀ ਕਿ ਅੱਲਾ ਦੀ ਲਿਖੀ ਜੋ ਹੈ ਜਾਂ ਟਲਤੀ ਨਹੀਂ ਇਸ
उसके ऊपर लिखी भी थी मुसीबत देखनी थी पर पाइया नींबू बताना मुड़ा उचार Love.
ਫਲਾਣਾ ਦਿਰਮ 18 ਇਤਨੀ ਕੀਮਤ ਹੋਈ ਹੁਣ ਸਾਡੇ ਇਸ ਵਰਦਾ ਪਰਦਾ ਵਾਰਿਆ ਨਾ ਕੋਈ ਕੋਈ ਮਾਰਾ ਦਾ ਬਣੀ ਇਸ ਕਾ ਪਰ ਰਿਹਾ ਤਰੀਕ ਬਾਰ ਨੀ ਲਿਖੀ ਡੇਟ ਨੀ ਲਿਖੀ ਮਗਰ ਫਲਾਣਾ ਸਨ ਫੁਲਾਣਾ ਅਰੇ ਸਾਨ ਕੇ ਅਸ਼ਟਾਮਗ ਪਰ ਗੁਵਾ ਕੀ ਉਹਨੇ ਲਿਖਿਆ ਸਦਾਗਰਨੀ ਜਾਂ ਗੱਲ ਕਹੀ ਹੋਰ ਕੋਈ ਉਪਰੋਂ ਬੰਦੋ ਨੀ ਥੋ ਇਨਸਾਨ ਦੇ ਨਾਲ ਜਿਹੜਾ ਫਰਿਸ਼ਤਾ ਦੋ ਏ ਇੱਕ ਗੁਨਾ ਮਲਕ ਰਾਮੇ ਨੇ ਦੂਜੇ ਗੁਨਾ ਕਾਦਬੀ ਨੇ ਵੇ ਗਵਾਹ ਲਿਖਿਆ ਕਿਉਂਕਿ ਵੇ ਰਾਤ ਦਿਨ ਬੰਦਾ ਦਾ ਨਾਲ ਚਲਤਾ ਰੇ ਕਿ ਉਹ ਕਿਤੇ ਡਿੱਗ ਨਾ ਜਾਏ ਕੋਈ ਤਕਲੀਫ ਨਾ ਹੋ ਜਾਏ ਅੱਲਾ ਦੀ ਜ਼ਾਤ ਨੇ ਬਹੁਤ ਆਣ ਕੇ ਇਸ ਬੰਦਾ ਕਾ ਪਰ ਰਹਿਮੀ ਕੀ ਵੀ ਹੈ ਕਦੇ ਜੋ ਅੱਲਾ ਨਾ ਯਾਦ ਕਰੇ ਤੋ ਅੱਲਾ ਤਾਲਾ ਖੁਦ ਇਸ ਕੀ ਆਣ ਕੇ ਸੋਹਣੇ ਮੀ ਹੈ
ਸਲਾਮਤ ਅਕਲੂ ਬੇਸ਼ੱਕ ਲਿਖਿਆ ਜਾਵੇ ਸਨਦ ਜਵਾਬ ਅਦਾਲਤ ਅੰਦਰ ਹਾਜ਼ਰ ਵਿੱਚ ਕੰਮ ਆਵੇ ਕਿ ਕਿਸੇ ਅਦਾਲਤ ਗਏ ਵਿੱਚ ਕਿਸੇ ਪੰਚਾਇਤ ਗਏ ਵਿੱਚ ਜੋ ਲਿਖਿਓ ਜੜੋ ਜੋ ਤਿੰਨਾਂ ਕੰਮ ਆਵੇ ਗਾ ਹਜ਼ਰਤ ਯੂਸਫ ਗਾ ਪਰ ਯਾ ਸਨਦ ਚਲੀ ਵੀ ਹੈ ਉਸ ਤੋਂ ਪਿੱਛੇ ਤਮਾਮ ਆਣ ਕੇ ਯਾ ਕਾਨੂੰਨ ਛਾਇਆ ਹੋ ਗਈ ਵੀ ਹੈ ਜੋ ਲਿਖਣੋ ਪੜ੍ਹਨੋ ਹੈ ਕੋਈ ਲੈਣੀ ਦੇਣੀ ਚੀਜ਼ ਸਬੂਤ ਜੋ ਹੈ ਜੋ ਹਜ਼ਰਤ ਯੂਸਫ ਤੋਂ ਪਿੱਛੇ ਚੱਲ ਗਿਓ ਸਦਾਗਰੀ ਵੀ ਹੋ ਗਈ ਉਹ ਵਿਕਿਓ ਤੇ ਨਬੀ ਯਕੂਬ ਨਾ ਪਤੋ ਨਹੀਂ ਲੱਗੋ ਫਿਰ ਮਾਲਕ ਨੂੰ ਸਹਾਈ ਵੀ ਨਸੀਹਤ ਥੀ
प्यावे धीखे भी दूरों भी सो
ਭਈਆਂ ਨੂੰ ਵਿਆਹੇ ਦੇਖਿਆ ਰੋ ਰੋ ਸਦ ਮਰਿੰਦਾ ਸਿਰ ਜ਼ਮੀਨ ਗਾ ਪਰ ਮਾਰ ਮਾਰ ਕੇ ਰੋਵੇ ਦਿਲਾ ਬਜ਼ਾਰ ਪਿਆਰੇ ਨੇ ਕੀਤਾ ਕੋਈ ਜਵਾਬ ਨਾ ਦਿੰਦਾ ਨਜ਼ਰ ਮਾਰੀ ਤੇ ਮੈਂ ਤਕਰੀਬਨ ਆਣ ਕੇ ਇੱਕ ਕਿਲੋਮੀਟਰ ਕਾ ਪਰ ਚਲੇ ਗਿਆ ਉਹਦਾ ਸੌਦਾਗਰ ਦਾ ਰਾਟ ਕਾ ਦੇਖਿਓ ਰੱਖ ਲੋ ਹੁਣ ਮੈਂ ਵਕਤ ਕੱਢਣ ਇਹ ਸੌਦਾਗਰ ਦਾ ਨਾਲ ਕਿਉਂਕਿ ਆਪਣਾ ਮਾਂ ਬਾਪ ਕੀ ਜਗ੍ਹਾ ਛੋੜ ਆਇਓ ਸਵਾਲ ਕੀ ਹੈ ਸੌਦਾਗਰ ਕੋਲ ਕਿਸਨੇ ਕੀ ਆਦਰ ਯੂਸਫ ਨੇ ਹੁਕਮ ਦਿਓ ਤਾ ਛੇ ਕਿਹੜੇ ਫਾਰੀ ਦੇ ਪਤੋ ਚੱਲ ਗਿਆ ਅਗਰ ਮੇਰਾ ਸਲਾਮ ਲੈ ਚਿੰਤਾ ਤਾਂ ਫਿਰ ਮੇਰਾ ਫਰੋਖਤ ਨੀ ਨਾ ਕਰੇ ਪਰ ਚਲੋ ਅਫਸੋਸ ਹੋ ਗਿਆ ਬੰਦਾ ਨਾ ਇਸ ਦੁਨੀਆ ਕੋ ਕਿਉਂ ਆਪਣਾ ਭਾਈ ਨਾ ਫਿਰ ਦੇਖ ਲਿਓ ਇਸ ਦਮ ਕੋਈ ਭਰੋਸਾ ਨਹੀਂ ਹੈ ਕਰਸ ਕੀਆ ਪਰ Thank you.
ਬਿਮਾਰੀ ਦੇ ਜੋ ਪਿੱਛੇ ਪਿੱਛੇ ਤੁਰਿਆ ਕਰਿਆ ਉਸਨੇ ਹਣ ਕੇ ਸਦਾਗਰ ਨੇ ਬੇੜੀ ਪਾ ਲਈ। ਚੱਲ ਨਾ ਸਕਿਆ ਅੱਲਾ ਕੀ ਜਾਤ ਨੇ ਹਜ਼ਰਤ ਭਈ ਟੋਰੇ ਹੋ ਅਸਮਾਨ ਤੇ ਆਇਆ ਖੱਜਾ ਇਸ ਮੇਰਾ ਪਿਆਰਾ ਕੋਲ ਇਸ ਨਾਲ ਥੋੜਾ ਸਹਾਰਾ ਦੇ। ਹਜ਼ਰਤ ਭਈ ਨੇ ਆ ਕੇ ਪੁੱਛਿਓ ਰੇ ਹਜ਼ਰ ਯੂਸਫ ਇਹ ਬੇੜੀ ਕਿਸ ਨੀ ਪਾਈ? ਅੱਲਾ ਨੀ ਪਾਈ। ਅਰੇ ਕੌਣ ਖੋਲਿਆ ਗੋ? ਕੋਈ ਅੱਲਾ ਖੋਲਣ ਵਾਲਾ ਹੈ ਤੇ ਭਾਈਆਂ ਦਾ ਪਰ ਦੁਖੀ ਨਹੀਂ ਹੋਇਆ ਤੇ ਨਹੀਂ ਭਾਈਆਂ ਗਈ ਆ ਗੱਲ ਕਹੀ ਕਿ ਬਾਈ ਭਾਈਆਂ ਨੀ ਪਾ ਛੜੀ ਮੇਰਾ ਬੇੜੀ। ਉਸਲਾ ਆਣ ਕੇ ਹਜ਼ਰਤ ਬਈ ਨੀ ਸਾਰਾ ਦਿੱਤੋ ਕੋਈ ਗੱਲ ਨੀ ਹੈ ਤੇਰਾ ਪਰ ਆਣ ਕੇ ਐਸੀ ਲਿਖੀ ਵੀ ਤੀ ਅੱਲਾ ਮਾਲਕ ਨੀ ਜਾਂ ਤੇਰਾ ਪਰ ਵਰਤਨੀ ਹੈ ਤੇ ਤੂੰ ਦੁਖੀ ਨਾ ਹੋਈਏ। ਦੇਖੋ ਇਤ ਕੇ ਕਿਉਂ ਦਿਖਾਇਆ ਸੀ ਮਮਨ ਬੂਟੀਆ ਰੋਂਦੇ ਅਮਰ ਗੁਜ਼ਰੀ ਕੀ ਅਥਰੂ ਨਸੀਬ ਖਰਾਬ ਮਿਲਿਆ ਜੋ ਧੁਰ ਕੀ ਲਿਖੀ ਵੀ ਹੈ ਵਾਣ ਕੇ ਟਲ ਨਹੀਂ ਸਕਦੀ
ਤੇ ਤੂੰ ਜੋ ਦੁੱਖ ਜੜੋ ਹੈ ਤੇ ਦਿਲ ਮਨਾਣੀਏ ਕਿਸਨੀ, ਕਿਉਂਕਿ ਹਜ਼ਰਤ ਬਈ ਨੇ ਖਾਨਗਾਹ ਵਿੱਚ ਪੈਗਾਮ ਦਿੱਤੋ ਇਸ ਨਾਲ। ਹੁਣ ਕਿਸ ਕੀ ਗੱਲ ਸੁਣਾਵਾਂ ਕਿ ਹਜ਼ਰਤ ਜੀ ਖੁਦਾ ਕੀ ਨਜ਼ਰ ਪੈ ਗਈ। ਉਸਨੇ ਕਿ ਅਫਸੋਸ ਮਾਰਾ ਵਾਸਤਾ ਹਮ ਨਸ ਗਿਆ, ਜਾਤੀ ਵਾਰ ਗੱਲ ਵੀ ਨਾ ਕੀ ਹਜ਼ਰਤ ਯੂਸਫ ਦੇ ਨਾਲ। ਵੇਖੀਏ ਖੁਦਾ ਰੋਕਾਰੇ ਕੋਲ ਦਖਰ ਫਰੋਖਤ ਕਰ ਛੱਡਿਓ, ਜਲ ਵਤਨ ਕਰ ਛੱਡਿਓ।
ਕਿਸਨੇ ਦੁਆ ਕੀ ਅੱਲਾ ਕੋਲੇ ਨਾ ਰੱਬ ਦੇਵੇ ਦੋਏ ਜਹਾਨੇ ਦੁੱਖ ਅਜ਼ਾਬ ਤੋਂ ਸਾਨੂੰ ਭਾਵੇਂ ਹੋਰ ਜ਼ਿਆਦਾ ਇਸ ਤੇ ਮਿਲਣ ਅਜ਼ਾਬ ਸਾਨੂੰ ਅੱਲਾ ਮਿਨਾ ਹੀ ਅਜ਼ਾਬ ਦੇ ਦੁੱਖ ਦੇ ਤੇ ਮੇਰਾ ਭਾਈਆਂ ਨੂੰ ਨਾ ਦੁੱਖ ਦੇ ਜਿਹੜਾ ਇਸਕਾ ਭਾਈ ਮਥਰੇਰੇ ਦਸ ਕਾ ਦਸ ਨਾ ਗਸ਼ ਪੈ ਗਿਆ ਜ਼ਮੀਨ ਕਾ ਪਰ ਪੈ ਗਿਆ ਕੋਈ ਹੋਸ਼ ਨਾ ਆਵੇ ਦੁੱਖ ਹੋ ਗਿਆ ਹਜ਼ਰੇ ਯੂਸਫ ਜਾਗਾ ਪੈਰ ਵੀ ਚੁੰਮੇ ਸਿਰ ਵੀ ਚੁੰਮੇ ਤੇ ਫਿਕਰ ਬੰਦ ਹੋ ਗਿਓ ਕਿ ਅੱਲਾ ਇਹ ਤੇ ਸਾਰਾ ਹੀ ਆ ਗਿਆ ਖਤਮ ਹੋ ਗਿਆ ਅਗਰ ਮਾਰਾ ਬਾਰਾਂ ਭਾਈ ਥਾ ਬਾਰਾਂ ਵਿੱਚੋਂ ਇਹ ਕੂੰ ਚਲੇ ਜਾਣ ਤਾਂ ਕੋਈ ਬਾਤ ਨਹੀਂ ਥੀ ਯਾਰਾਂ ਫਿਰ ਵੀ ਬਾਕੀ ਰਿਹਾ ਵੀ ਥਾ ਨਬੀ ਯਕੂਬ ਕੋ ਨਾਂ ਚਲਾ ਥਾ ਮਿਸਰ ਮਾਂ ਬਾਦਸ਼ਾਹੀ ਫਿਰ ਵੀ ਚਲਤੀ ਰਹਿ ਥੀ ਸਿਰ ਚ ਮੇ ਦਸਤਾਰਾ ਫਿਰ ਆਣ ਕੇ ਦਿਲ ਮਾ ਸੋਚੇ ਕਿ ਫਰੋਖਤ ਹੋ ਗਏ ਹੁਣ ਇਨਕੋ ਕੋਈ ਮੇਰਾ ਉੱਪਰ ਦਾਵੋ ਨੀ ਮੇਰਾ ਕੋਈ ਇਨਕਾ ਪਰ ਨੀ ਫਿਕਰ ਹੋ ਗਈ ਕਿ ਸਦਾਗਰ ਬੁਲਾਵਾ ਗੋ ਹੁਣ ਭਾਈਆਂ ਕੋਲੋਂ ਰਸਕਤ ਮੰਗਾ ਵਿਕਦੀ ਵਿਕਦੀ ਆਹੀ ਥਬਰ ਦੀ ਵਤਨ ਹੋਵੇ ਵਤਨ ਜਿਸੀ ਦੁਨੀਆਂ ਕਾ ਪਰ ਕਾ ਚੀਜ਼ ਨਹੀਂ ਹੈ
ਦੱਸਦਾ ਕਿ ਨਹੀਂ ਆਵਾਜ਼ ਮਾਰਿਆ ਖਿਦਣ ਲੱਗ ਗਿਆ ਉਠਾਣਾ ਚੱਲ ਗਿਆ ਅਜ਼ੀਜ਼ ਬਾਦਸ਼ਾਹ ਕੀ ਬਾਦਸ਼ਾਹੀ ਮੈਂ ਜਾਣ ਕੇ ਇਸ ਕਾ ਵੀ ਕੈਂਪ ਲੱਗਾ ਸਦਾਗਰ ਕਾ ਅਰੇ ਜਿਹੜੀ 10 ਰੁਪਈਆ ਕੀ ਚੀਜ਼ ਹੈ ਐਸੀ ਜਾਣ ਕੇ ਇਸ ਕੀ ਸੇਲ ਚੱਲੀ ਹੈ ਸਦਾਗਰ ਕੀ ਜਿਹੜੀ 10 ਰੁਪਈਆ ਕੀ ਚੀਜ਼ ਹੈ ਬਸ 100 ਰੁਪਈਆ ਮੈਂ ਵਿਕਣ ਲੱਗ ਗਈ ਉਹ ਸਦਾਗਰ ਖੁਸ਼ ਹੋ ਗਏ ਕਿ ਜੋ ਬੜਾ ਬੰਦਾ ਕੋਈ ਕਿਸਮਤ ਵਾਲੋ ਹੈ ਇਸਕਾ ਕੰਮ ਮੇਰਾ ਕੰਮ ਤਾਂ ਇਸਕਾ ਪਰ ਬਹੁਤ ਚੱਲ ਗਿਆ ਆਖਰੀ ਉਹ ਬਦਨੀਤ ਹੋ ਗਏ ਕੌਣ ਕੇ ਸਦਾਗਰੀ ਨੇ ਸੋਚੀ ਕਿ ਕੱਲ ਇਸਕੋ ਨਾ ਚੱਲ ਜਾਗੋ ਮੇਰਾ ਨਾਂ ਮਿਟ ਜਾਗੋ ਉਹ ਵੀ ਆਣ ਕੇ ਸਦਾਗਰਾਂ ਖਰੀਦ ਥੀ ਤੇ ਬਾਦਸ਼ਾਹ ਤੋਂ ਅਜ਼ੀਜ਼ ਉਸਨੇ ਕਿਹਾ ਕਿ ਇੱਕ ਬੰਦਾ ਕਿਸੇ ਕੋਲੋਂ ਮਿਲਾ ਆਣ ਕੇ ਖਰੀਦ ਕੇ ਲਿਆ ਦੇ ਦੀਵਾਨ ਵਜ਼ੀਰ ਗਿਆ ਜਾਗਦ ਸਦਾਗਰ ਨਾ ਪੁੱਛੇ ਰੇ ਤੇਰਾ ਕੋਲ ਕੋਈ ਬੰਦੋ ਹੈ ਆਖੇ ਹਾਂ ਜੀ ਚੱਲ ਆਖੇ ਮੈਂ ਇਹ ਫਰੋਖਤ ਕਰ ਛੱਡਣੋ ਅਰੇ ਯੂਸਫ ਕੀ ਜਿਲ੍ਹਾ ਵਿਕਰੀ ਲੱਗੀ ਤਰਾਜ਼ੂ ਦੇ ਉੱਪਰ ਇੱਕ ਪਾਸੇ ਸੋਨੂ ਚਾਂਦੀ ਝਾੜ ਦਿੱਤੋ ਹੈ ਲਾਲ ਮੋਤੀ ਹੀਰਾ ਜ਼ੋਹਰ ਤੋ ਅਰੇ ਯੂਸਫ ਨਹੀਂ ਬਰਾਬਰ ਆਇਆ ਬੀਬੀ ਜ਼ਲੇ ਖਾਨ ਕੀ ਉਸਕੀ ਬੀਬੀ ਥੀ ਅਜ਼ੀਜ਼ ਕੀ ਉਸਨੇ ਕਿਉਂ ਉਸਨੇ ਇਸਕੀ ਸੁਰ ਦੇਖੀ ਤਾਂ ਵੋ ਇਸਕਾ ਪਰ ਆਸ਼ਿਕ ਹੋ ਗਈ ਉਹਨੇ ਕਿਉਂ ਕਿ ਇਸਕੀ ਕੀਮਤ ਕੋਈ ਨਹੀਂ ਦੇ ਸਕਿਆ ਗੋ ਅਗਾ ਫੇਰ ਕਿ ਜੋ ਵੀ ਹੋਇਆ ਮੈਂ ਖਰੀਦ ਲੈਣੂ ਹੈ ਤਮਾਮ ਬਾਦਸ਼ਾਹੀ ਕੋ ਜੋ ਖਜ਼ਾਨਾ ਥੋ ਸਭ ਤਰਾਜ਼ੂ ਕਾ ਪਰ ਰੱਖ ਦਿੱਤਾ ਨਹੀਂ ਚੁਕੋਈ ਉਹਦਾ ਅਦਰੇ ਯੂਸਫ ਨੇ ਇਸਕਾ ਪਰ ਅਰਸ਼ਾਂ ਤੇ ਇੱਕ ਸੁਰਤ ਆਈ ਥੀ ਅੱਲਾ ਕੀ ਜ਼ਾਤ ਨੇ ਭੇਜੀ ਥੀ ਵਾ ਸੁਰਤ ਲਿਖ ਕੇ ਇਸਨੇ ਤਰਾਜ਼ੂ ਮੈਂ ਰੱਖੀ ਦਾ ਵਜ਼ਨ ਬਰਾਬਰ ਹੋ ਗਿਆ ਅਜ਼ੀਜ਼ ਬਾਦਸ਼ਾਹ ਲੈ ਕੇ ਚਲੇ ਗਏ ਕੰਮ ਇਸ ਕੋਲ ਕੋਈ ਨਾ ਕਰਾਂ ਮੈਂ ਸਿਰਫ ਆਣ ਕੇ ਕਮਰਾ ਮੈਂ ਵਸਾਲੇ ਜਿਸ ਕਮਰਾ ਵਿੱਚ ਉਹ ਚਲੇ ਜਾ ਤੋ 9 ਦਿਨ ਪਿੱਛੇ ਆਣ ਕੇ ਲਾਟ ਲੱਗੀ ਰਹਤੀ ਜਰਾ ਬਿਜਲੀ ਬਲਤੀ ਰਹਤੀ ਜਰਾ ਬਲਬ ਲਗੋ ਰਹਤਾ ਅੱਲਾ ਕੀ ਜ਼ਾਤ ਨੇ ਮੁਸਲਮਾਨਾਂ ਨਾਲ ਸੂਰਤ ਦਿੱਤੀ ਹਜ਼ਰ ਯੂਸਫ ਨਾ ਹਿੰਦੂ ਜਨਮ ਕਾ ਵਿੱਚ ਸੂਰਤ ਕਿਸ ਨਾ ਥੀ ਕਿ ਪੂਰਨ ਭਗਤ ਨਾ ਹਮ ਸਭ ਕਿਸਾ ਜਾਣਾਂਗੇ ਬਾਰਾਂ ਸਾਲ ਹੋ ਗਈ ਤੂੰ ਯਾ ਬੀਬੀ ਜ਼ਲੇ ਖਾਨ ਇਸ ਕਾ ਪਰ ਦੀਵਾਨੀ ਹੋ ਗਈ ਯਾ ਕਿਹਾ ਕਿ ਤੂੰ ਮੇਰੇ ਨਾਲ ਹੱਕ ਕਰ ਲੈ ਨਹੀਂ ਕਿਉਂ ਨਹੀਂ ਐਸੋ ਪੰਪ ਨਹੀਂ ਹੂੰ ਕਰ ਸਕਤੋ ਮੇਰਾ ਪਰ ਅੱਲਾ ਗਜ਼ਬ ਹੋ ਜਾਏਗਾ ਕਿਉਂਕਿ ਉਮਰ ਤੋ ਫਿਰ ਇਸਨੇ ਆਣ ਕੇ ਇਸ ਨਾਲ ਤੋਹਮਤ ਲਾਈ ਆਪਣਾ ਖਾਵੰਦ ਅਜ਼ੀਜ਼ ਨਾ ਕਿਉਂਕਿ ਇਸਨੇ ਆਣ ਕੇ ਮੇਰਾ ਕੱਪੜਾ ਗਾਥ ਲਾਇਓ
और मेरा बाजू का हाथ लायो उसने बर्दाश्त की। आखिरी आन के बीबी सुलेखा ने क्यों के भाई इसने आन के गलत बात कही। अपनो अपनो आन के मजहब है, बीबी सुलेखा या हिंदू मजहब की थी, अपनो अपनो मजहब है। इसने मैंने गलत गल कही कि भाई मेरा नाल निकाह कर ला है। उसला अजीज बादशाह ना गुस्सा हो गया कि इसने ये भरद हो गया ऐसी बात कही। तो वो अल्लाह का मजबूर तो वो रात दिन अल्लाह का परेशान तो कि कहीं गलत बात ना हो जाए मेरी। अगरी बीबी सुलेखा ने कैद करा छोड़ी अगरे यो सब कोई अरसो कैद रह गए। अगरी अल्लाह मेहरबान हो तो इसने आके कैदी थी बाहर निकले तो बादशाह को ऑर्डर हो गए। वही अजीज की बादशाह इसने मिल गई। उसने अजीज बादशाह ने यह गल जान के सुनी ताली अदालत हुई दसनी के हो बीबी सुलेखा गलत हुई इसने इस पर झूठो इल्जाम लायो। बीबी सुलेखा ना देश निकालो हो गया। एक जंगल का बीच जा बैठी एक रमाल ढाई तो उसके पर बैठ के सिर्फ अल्लाह ना लगी याद कर यो सबदारा बे हवा तेरे ना तेरी मेरी तेरा मैंने या पत्थर ने तीर मारना।
हाथ फेर कदे आ कोल बैके हसे लेवा एक साथ फेर कदे माही कुद दिल मारा डोलना हुण कॉलेज च होया छुट्टियां आ चलिए दो एक कश्मीर वे हुण कॉलेज च होया छुट्टियां आ चलिए दो एक कश्मीर वे आजा कुट कुट पाले जफियां है मेरा जत तू मेरी हीर वे आजा कुट कुट पाले जफियां सादी चावे मायले ही दूध पत्तियां साडे वास्ते सादी चावे मायले ही दूध पत्तियां
ओ मिठा रख के तेज बना, मिठा रख के तेज बना, वे माई लई दुध पत्तियां वे साडे वास्ते सादी ही चा, वे माई लई दुध पत्तियां साडे वास्ते सादी चा, वे माई लई दुध पत्तियां। अल्लाह में कह करा मड़ मुंदरी थेवा ते गया, हाय अल्लाह में कह करा मड़ मुंदरी थेवा ते गया, दिल लायस शौका शौका, दिल लायसी दिल लायस शौका शौका, हुन उम्र दा रोना पै गया, हाय अल्लाह में कह करा मड़ मुंदरी थेवा ते गया, सोनी मस जवानी रंग गोरा ते अख मस्तानी, तेरी सोनी मस जवानी रंग गोरा ते अख मस्तानी, मिगी मोड़ मोड़ याद सतानी, बस अंदरों अंदरी खानी ओ सोनी आ मिल जा, वेड़िए आ मिल जा, सोनी आ मिल जा।